ਨਿਜ਼ਾਮ ਸਿੱਧੇ ਕਰ, ਘੋੜਿਆਂ ਨੇ ਜਾਣ ਕੇ ਪੰਗੀਆਂ ਸ਼ੰਗੀਆਂ ਦੇ ਵਿੱਚ ਨਹੀਂ ਵੜੀਦਾ ਹੁੰਦਾ ਹੈ, ਤੇ ਥੋੜਾ ਜਿਹਾ ਨਾ ਨਿਜ਼ਾਮ ਆਪਣਾ ਸਿੱਧਾ ਕਰ। ਤੁਸੀਂ ਕੌਣ ਬੋਲ ਰਹੇ ਜੇ? ਮੈਂ ਪਾਕਿਸਤਾਨ ਤੋਂ ਬੋਲਣਾ ਪਿਆ। ਪਾਕਿਸਤਾਨ ਤੋਂ ਬੋਲਦਾ, ਮੈਨੂੰ ਕਿਹਾ ਤੁਹਾਡੇ ਫੋਨ ਕਰਨ? ਸੂਰੀ ਵਾਲੇ ਨੂੰ ਜਾਣਦਾ ਨਾ? ਕੌਣ ਸੂਰੀ? ਸੂਰੀ ਸਾਹਿਬ? ਹਾਂਜੀ। ਆਹੋ, ਤੇ ਕੀ ਗੱਲ ਉਹਨਾਂ ਨੂੰ? ਨਹੀਂ ਤਾਂ ਮੈਨੂੰ ਕਾਹਤੋਂ ਫੋਨ ਕੀਤਾ? ਮੈਨੂੰ ਕਾਹਤੋਂ ਫੋਨ ਕੀਤਾ? ਹੈਲੋ, ਮੈਂ ਥੋੜੀ ਕੱਟਿਆ। ਦੱਸੋ ਤੁਸੀਂ ਕੌਣ, ਕਿਹਨੂੰ ਮਿਲਣਾ? ਕਿਹਨੂੰ ਤੁਸੀਂ? ਤੈਨੂੰ ਹੀ ਮਿਲਣਾ ਹੈ। ਤੇ ਦੱਸੋ ਕੀ ਗੱਲ ਆ? ਕੀ ਹੋਇਆ? ਤੂੰ ਇੱਕ ਸਰਦਾਰ, ਤੂੰ ਇੱਕ ਸਿੱਖ ਖਾਨਦਾਨ ਦੇ ਵਿੱਚੋਂ ਹੋ ਕੇ, ਇੱਕ ਸਿੱਖ ਟੱਬਰ ਦੇ ਵਿੱਚੋਂ ਹੋ ਕੇ, ਤੇ ਤੂੰ ਹਿੰਦੂਆਂ ਦੀ ਸਪੋਰਟ ਪਿਆ ਕਰਨਾ, ਤੇ ਤੂੰ ਜਿਹੜੇ ਮਾਈਨਿੰਗ ਮੂਨਿੰਗ ਬੰਦ ਪਿਆ ਕਰਾਉਣਾ ਨਾ, ਇਹਨਾਂ ਗੋਲਡ ਪੰਗਿਆਂ ਚੋਂ ਬਾਹਰ ਨਿਕਲੋ, ਤੇ ਐਵੇਂ ਗਾਹ ਲੰਘ ਦੇ ਪੰਗੇ ਨਹੀਂ ਲਈਦੇ ਹੁੰਦੇ। ਮਾਈਨਿੰਗ ਮਾਈਨਿੰਗ ਤਾਂ ਨਹੀਂ ਹੋਣ ਦੇਣੀ ਅਸੀਂ, ਮਾਈਨਿੰਗ ਤਾਂ ਏਦਾਂ ਹੀ ਚੱਲਣੀ ਆ, ਤੇ ਬੰਦ ਹੀ ਰਹਿਣੀ ਆ। ਚੱਲ ਹੁਣ ਤੂੰ ਮਾਈਨਿੰਗ ਇਦਾਂ ਹੀ ਚੱਲਣੀ ਆ, ਤੇ ਫਿਰ ਰੈਡੀ ਰਹਿ। ਕੀ ਕਰ ਲਏਗਾ ਤੂੰ? ਸੂਰੀ ਨੂੰ ਤੁਸੀਂ ਮਾਰਿਆ? ਮੇਰਾ ਨਾਮ ਹੈ ਬਾਲਾ ਬੰਬ, ਠੀਕ ਹੈ? ਪਾਕਿਸਤਾਨ ਤੋਂ ਆ, ਤੇ ਪਤਾ ਕਰ ਲੈ ਤੁਸੀਂ ਕਿਸੇ ਨੂੰ ਨਾ, ਜਿਹੜੇ ਖਬਰਾਂ ਖੁਬਰਾਂ ਪੜ੍ਹਨਾ ਨਾ, ਤੇ ਪਤਾ ਕਰ ਲੈ ਕਿ ਜੇ ਗੱਲ ਤੁਹਾਨੂੰ ਮੇਰੀ ਪੁਲਿਸ ਨੂੰ ਦੱਸਣੀ, ਤੇ ਇੱਕ ਵਾਰੀ ਛੱਡ ਕੇ 50 ਵਾਰੀ ਦੱਸ। ਮੁੱਲ ਨੂੰ ਵੀ ਨੀ ਟੈਨਸ਼ਨ ਹੈ, ਸਮਝ ਆ ਰਹੀ ਆ? ਤੇ ਥੋੜਾ ਜਿਹਾ ਨਾ ਆਪਣੇ ਆਪ ਨੂੰ ਸਿੱਧਾ ਕਰ, ਜਿਹੜੇ ਟੱਬਰ ਦੇ ਵਿੱਚ, ਠੀਕ ਹੈ? ਅੰਮ੍ਰਿਤਸਰ ਤੋਂ ਰਹਿੰਦਾ ਹੈ, ਮੈਨੂੰ ਤੇਰੇ ਹਰ ਚੀਜ਼ ਦਾ ਪਤਾ ਹੈ, ਠੀਕ ਹੈ? ਤੇ ਤੇਰੀ ਕੁੜੀ ਨੇ ਵੀ 1,00,000 ਰੁਪਈਆ ਕਮਾਏ ਜਾਵੇ, ਮੈਨੂੰ ਹਰ ਗੱਲ ਦਾ ਪਤਾ ਹੈ। ਥੋੜਾ ਜਿਹਾ ਆਪਣੇ ਆਪ ਨੂੰ ਨਾ ਸਿੱਧਾ ਲਿਆ, ਐਵੇਂ ਟੱਬਰ ਨਾ ਵੰਜਾ ਲਵੀ ਆਪਣਾ, ਠੀਕ ਹੈ? ਲੋਕਾਂ ਦੀਆਂ ਗੱਲਾਂ ਚ ਆਣ ਕੇ ਸਿੱਖ ਤੇ ਹੈ ਹੀ ਆ, ਅਸੀਂ ਸਿੱਖ ਤੇ ਹਿੰਦੂਆਂ ਦਾ 9 ਮਾਸ ਦਾ ਰਿਸ਼ਤਾ, ਫਿਰ ਕਿਹੜੀ ਗੱਲ ਹੈ? ਸੂਰੀ ਨੂੰ ਲਲਕਾਰ ਕੇ ਆਉਂਦੇ, ਫਿਰ ਇਦਾਂ ਕਾਹਤੋਂ ਮਾਰਿਆ? ਯਾਰ ਆ ਜਾਓ, ਜਿੱਥੇ ਆਉਣਾ ਵੇਖ ਲਾਂਗੇ। ਚੱਲ ਲਲਕਾਰ ਕੇ ਆਇਓ, ਫਿਰ ਜਦੋਂ ਆਉਣਾ ਦੱਸ ਕੇ ਆਇਓ। ਦੱਸ ਜਦੋਂ ਆਉਣਾ ਦੱਸ ਕੇ ਆਈ, ਫਿਰ ਤੈਨੂੰ ਕਿਹਨੇ ਕਿਹਾ ਮੇਰੇ ਕੋਲ ਇੰਨੇ ਪੈਸੇ? ਮੇਰੇ ਕੋਲ ਕਿੱਥੋਂ ਆਏ ਇੰਨੇ ਪੈਸੇ?
ਮੇਰੇ ਕੋਲ ਭਰਾਵਾ ਇੰਨੇ ਪੈਸੇ ਨਹੀਂ ਹੈਗੇ, ਤੈਨੂੰ ਕਿੰਨੇ ਗਲਤ ਗਾਈਡ ਕਰਤਾ। ਮੇਰੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ? ਉਹ ਤੈਨੂੰ ਕਿਹਨੇ ਕਹਿਤਾ ਮੇਰੇ ਕੋਲ ਇੰਨੇ ਪੈਸੇ ਆ? ਮੇਰੇ ਕੋਲ ਭਰਾਵਾ, ਮੈਂ ਆਪਣਾ ਗੁਜ਼ਾਰਾ ਮਾਹ ਕਰਦਾ।